ਲੋ ਜੀ ਮੈਂ ਇਹ ਦਿਲ ਕਰਦਾ ਉਸ ਬੰਦੇ ਦੀ ਗੱਲ ਤੁਹਾਨੂੰ ਸੁਣਾਵਾਂ ਜਿਹੜਾ ਬੰਦਾ ਅਹਿਲ ਇਮਾਨ ਦੀ ਨਜ਼ਰ 'ਚ ਬੜਾ ਹੀ ਹਸੀਨ ਹੈ ਨਾਮ ਹਜ਼ਰਤ ਮੀਸਮ ਤਮਾਰ ਹੈ ਜਾਣਦੇ ਹੋ ਨਹੀਂ ਜਾਣਦੇ ਤਾਂ ਸੁਣ ਲਓ ਅਸਾਂ ਆਪਣੇ ਬਾਲਾਂ ਨੂੰ ਸਿਖਾਇਆ ਹੀ ਨਹੀਂ ਉਹ ਚੀਜ਼ਾਂ ਮੀਸਮ ਤਮਾਰ ਕੌਣ ਸਨ ਇਹ ਦੀਵਾਨਾ ਸੀ ਮੌਲਾ ਅਲੀ ਦਾ ਪੱਕਾ ਸੁਣੀ ਹਾਂ ਮੈਂ ਚੂਰੀ ਖਾਣ ਵਾਲਾ ਮਜਮੂ ਨਹੀਂ ਹਾਂ ਇਸੇ ਨੇ ਚ ਰੱਖ ਲੈਣਾ ਜਿੱਥੇ ਲੋੜ ਪਵੇ ਉੱਥੇ ਖਲੋਣ ਵਾਲੇ ਬੰਦੇ ਆ ਅੱਲਾ ਤੁਹਾਡਾ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਮਿਹਰਬਾਨੀ ਕਰਨੀ ਇਹਨੇ ਅਜ਼ਮਾਇਆ ਮੈਨੂੰ ਅਜ਼ਮਾਇਆ ਦੋ ਤਿੰਨ ਜਗ੍ਹਾ 'ਤੇ ਬੁਲਾ ਕੇ ਅਜ਼ਮਾਇਆ ਠੀਕ ਹੈ ਜਨਾਬ ਅਸੀਂ ਲਫਾਫਾ ਹੀ ਛੱਡ ਕੇ ਚਲੇ ਗਏ ਅਕੀਦਾ ਨਹੀਂ ਤਾਂ ਕੁਝ ਨਹੀਂ ਐਸੀ ਬਾਤ ਹੈ ਬੇਟਾ ਤਵੱਜੋ ਰੱਖਣਾ ਜ਼ਰਾ ਮਿਹਰਬਾਨੀ ਕਰਨਾ ਮੇਰੀ ਤਰਫ ਤਵੱਜੋ ਨਾਮ ਹੈ ਹਜ਼ਰਤ ਮੀਸਮ ਤਮਾਰ ਤਮਰ ਕਹਿੰਦੇ ਨੇ ਖਜੂਰ ਨੂੰ ਅਰਬੀ ਮੈਂ ਤਮਾਰ ਕਹਿੰਦੇ ਖਜੂਰ ਵੇਚਣ ਵਾਲੇ ਨੂੰ ਹਜ਼ਰਤ ਮੀਸਮ ਤਮਾਰ ਦੀ ਦੁਕਾਨ ਸੀ ਖਜੂਰਾਂ ਦੀ ਦੀਵਾਨਾ ਸੀ ਮੌਲਾ ਅਲੀ ਦਾ ਤੇ ਕੂਫੇ ਦੇ ਬਾਜ਼ਾਰ 'ਚ ਇਹਨਾਂ ਦੀ ਦੁਕਾਨ ਖਜੂਰਾਂ ਪੇ ਵੇਚਣ ਤੇ ਹੱਥ ਵਿੱਚ ਡੰਡੀ ਖਜੂਰ ਦੀ ਇੰਝ ਪੇ ਚੱਲਣ ਤੇ ਨਾਲੇ ਖਜੂਰਾਂ ਵੇਚਣ ਇੱਧਰੋਂ ਖਜੂਰਾਂ ਵੇਚ ਰਹੇ ਨੇ ਉੱਧਰੋਂ ਮੌਲਾ ਅਲੀ ਆ ਗਿਆ ਮੈਂ ਆਖਿਆ ਮੌਲਾ ਅਲੀ ਆ ਗਿਆ ਮੈਨੂੰ ਸੁਭਾਨ ਅੱਲਾ ਦੀ ਆਵਾਜ਼ ਨਹੀਂ ਮੈਂ ਆਖਿਆ ਮੌਲਾ ਅਲੀ ਆ ਗਿਆ ਅੱਛਾ ਜਿਹਦੇ ਘਰ ਪਰਾਉਣਾ ਆਵੇ ਤਾਂ ਖੁਸ਼ੀ ਉਹਨੂੰ ਹੁੰਦੀ ਹੈ ਨਾ ਤੇਰਾ ਮੌਲਾ ਅਲੀ ਵਾਲੇ ਤੇ ਹੱਥ ਬੁਲੰਦ ਕਰਕੇ ਇੱਕ ਵਾਰੀ ਸੁਭਾਨ ਅੱਲਾ ਬੋਲੋ ਮੈਨੂੰ ਪਤਾ ਲੱਗੇ ਆਪਣੇ ਵੇਲੇ 'ਚ ਬੈਠਾ ਆ ਤਵੱਜ ਰੱਖਣਾ ਮੌਲਾ ਅਲੀ ਆ ਗਏ ਇਹਨਾਂ ਛਾਲ ਮਾਰੀ ਤੇ ਥੱਲੇ ਤੇ ਕਦਮੀ ਰੱਖੇ ਹੱਥ ਦਸਤ ਬੋਸੀ ਕੀਤੀ ਤੇ ਕਦਮ ਬੋਸੀ ਕੀਤੀ ਜਨਾਬੇ ਮੌਲਾ ਕੈਨਾਤ ਨੇ ਫਰਮਾਇਆ ਮਿਸਮ ਅੱਜ ਤੇਰੀਆਂ ਖਜੂਰਾਂ ਮੈਂ ਵੇਚਣਾ ਤੁਸੀਂ ਘਰ ਜਾ ਕੇ ਰੋਟੀ ਖਾਓ ਉਹ ਦੌੜ ਗਏ ਰੋਟੀ ਖਾਣ ਵਾਸਤੇ ਮੌਲਾ ਅਲੀ ਨੇ ਖਜੂਰਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਆਏ ਹਾਏ ਸਦਕੇ ਜਮਾ ਮਿਸਮ ਤਮਾਰ ਦੇ ਮੁਕਦਰਾਂ ਤੋਂ ਜਿਸ ਘਰ ਦੀ ਚੱਕੀ ਹਜ਼ਰਤ ਜਬਰੀਲ ਚਲਾਏ ਅੱਜ ਮੇਰਾ ਮੌਲਾ ਖਜੂਰਾਂ ਪਿਆ ਵੇਚੇ ਤਵੱਜੋ ਰੱਖਣਾ ਦਾ ਇੰਝ ਖਜੂਰਾਂ ਵੇਚ ਰਹੇ ਤਵੱਜੋ ਉਹ ਚਲੇ ਗਏ ਰੋਟੀ ਖਾਣ ਇਤਨੀ ਦੂਰੋਂ ਇੱਕ ਮੰਗਤਾ ਆਇਆ ਉਹਨੇ ਦੂਰੋਂ ਤੱਕ ਕਹਿਣਾ ਮੌਲਾ ਅਲੀ ਤੇ ਦਿਲ ਦੇ ਵਿੱਚ ਖੁਸ਼ੀ ਉਭਰੀ ਅੱਗੇ ਮਿਸਮ ਤਮਾਰ ਬੈਠੇ ਹੁੰਦੇ ਸਨ ਉਹ ਅੱਲਾ ਦੇ ਨਾਂ 'ਤੇ ਥੋੜੀਆਂ ਖਜੂਰਾਂ ਦਿੰਦੇ ਸਨ ਅੱਜ ਤੇ ਮੌਲਾ ਬੈਠੇ ਅੱਜ ਤੇ ਮੰਗਣ ਦੀ ਚਸ ਆ ਜਾਏਗੀ ਕੋਲ ਆ ਕੇ ਕਹਿੰਦਾ ਜੀ ਸਲਾਮ ਅਲੈਕੁਮ ਵਾਲੇ ਸਲਾਮ ਖਜੂਰਾਂ ਵੇਚ ਰਹੇ ਹੋ ਸਾਈਆਂ ਨੇ ਫਰਮਾਇਆ ਮੈਨੂੰ ਵੀ ਦਿਓਗੇ ਫਰਮਾਇਆ ਕਿੰਨੀਆਂ ਚਾਹੀਦੀਆਂ ਨੇ ਕਹਿੰਦਾ ਸਾਰੀਆਂ ਪੈਸੇ ਹੈ ਨੇ ਉਹਨੇ ਪੈਸੇ ਕੋਲ ਕੋਈ ਨਹੀਂ ਅੱਲਾ ਦੇ ਨਾਂ 'ਤੇ ਸੌਦਾ ਕਰਨਾ ਦਿਓਗੇ ਅੱਲਾ ਦੇ ਨਾਂ 'ਤੇ ਮੌਲਾ ਨੇ ਫਰਮਾਇਆ ਕੱਪੜਾ ਵਿਛਾ ਉਹਨੇ ਕੱਪੜਾ ਵਿਛਾਇਆ ਮੌਲਾ ਅਲੀ ਨੇ ਸਾਰਾ ਢੇਰ ਖਜੂਰਾਂ ਦਾ ਲਾ ਦਿੱਤਾ ਅੱਛਾ ਬੰਦਾ ਬੜਾ ਸਿਆਣਾ ਸੀ ਆ ਜਿਹੜੇ ਬੰਦੇ ਚੁੱਪ ਕਰਕੇ ਨਹੀਂ ਸ਼ਰਮੀਲੀ ਦੀ ਆਵਾਜ਼ 'ਚ ਸੁਭਾਨ ਅੱਲਾ ਕਹਿੰਦੇ ਇਹ ਵੀ ਬੜੇ ਸਿਆਣੇ ਨੇ ਮੈਂ ਸਮਝਦਾਰ ਬੰਦਿਆਂ ਨਾਲ ਗੱਲ ਕਰਨਾ ਚਾਹੁੰਦਾ ਬੱਚਿਆਂ ਦਾ ਖੇਡ ਨਹੀਂ ਬੱਚੇ ਤੇ ਆਪਣੇ ਰੰਗ 'ਚ ਬੈਠੇ ਅੱਲੜ ਬੱਲੜ ਬਾਵੇਦਾ ਤੇ ਬਾਵਾ ਕਣਕ ਲਿਆਵੇ ਗੱਲ ਇਹ ਨਹੀਂ ਹੈ ਗੱਲ ਤੈਨੂੰ ਤਾਰੀਖ ਦਾ ਹਿੱਸਾ ਦੇਣਾ ਹੈ ਤੇ ਮਰਦਾਂ ਦੇ ਹਿੱਸੇ ਦੀ ਗੱਲ ਦੇਣੀ ਹੈ ਜਿਹੜੇ ਮਰਦ ਬਣ ਕੇ ਬੈਠੇ ਹੋ ਉਹ ਸੁਣ ਨਜ਼ਰਾ ਤਵੱਜੋ ਮੌਲਾ ਨੇ ਫਰਮਾਇਆ ਲੈ ਜਾ ਖਜੂਰਾਂ ਕਹਿੰਦਾ ਬਣਾ ਨਹੀਂ ਦਿੰਦੇ ਹੁਣ ਮੇਰੇ ਸਿਰ 'ਤੇ ਰਖਾ ਨਹੀਂ ਦਿੰਦੇ ਸਾਈਆਂ ਨੇ ਖਜੂਰਾਂ ਰੱਖੀਆਂ ਜਦੋਂ ਟੋਕਰਾ ਚੋਕੇ ਜੋ ਟੁਰਿਆ ਨਾ ਪਹਿਲਾ ਕਦਮ ਪੁੱਟਿਆ ਤੇ ਪਿੱਛੇ ਮੌਲਾ ਨੇ ਆਵਾਜ਼ ਦੇ ਕੇ ਖਜੂਰਾਂ ਵੀ ਲੈ ਜਾ ਅੱਲਾ ਤੇਰਾ ਭਲਾ ਵੀ ਕਰੇ ਅਸਾਂ ਜਿਹਨੂੰ ਕੁਝ ਨਹੀਂ ਦੇਣਾ ਹੁੰਦਾ ਨਾ ਉਹਨੂੰ ਕਹੀਦਾ ਓਏ ਭਲਾ ਉਹ ਵੀ ਚੱਲ ਅਗਲੇ ਪਾਸੇ ਹੱਟਾ ਕੱਟਾ ਸ਼ਰਮ ਨਹੀਂ ਆਉਂਦੀ ਤੈਨੂੰ ਮੰਗਣ ਦੀ ਸਦਕੇ ਜਾਵਾਂ ਮੌਲਾ ਦੇ ਢੇਰ ਖਜੂਰਾਂ ਦਾ ਵੀ ਦਿੱਤਾ ਤੇ ਨਾਲ ਦੁਆ ਵੀ ਦਿੱਤੀ ਉਹ ਖਜੂਰਾਂ ਲੈ ਕੇ ਚਲੇ ਗਏ ਤੇ ਮਿਸਮ ਤਮਾਰ ਆ ਗਏ ਹੁਣ ਸੁਣ ਦੀਵਾਨੇ ਦੀ ਤੇ ਮੁਰੀਦ ਦੀ ਗੱਲ ਦੂਰੋਂ ਵੇਖਿਆ ਦੁਕਾਨ ਸਾਰੀ ਖਾਲੀ ਤੇ ਦਿਲ ਵਿੱਚ ਖੁਸ਼ੀ ਆ ਗਈ ਸਾਰੀਆਂ ਵੀ ਗਈਆਂ ਅੱਜ ਕੋਲੇ ਆ ਕੇ ਕਹਿੰਦਾ ਜਨਾਬ ਵੇਚ ਛੱਡੀਆਂ ਜੇ ਵਿਕ ਗਈਆਂ ਸਾਰੀਆਂ ਹੀ ਫਰਮਾਇਆ ਸਾਰੀਆਂ ਇੱਕੋ ਹੀ ਬੰਦਾ ਲੈ ਗਿਆ ਫਰਮਾਇਆ ਇੱਕੋ ਹੀ ਲੈ ਗਿਆ ਅੱਛਾ ਇੱਕੋ ਨਾਲ ਹੀ ਠੇਕਾ ਕਰ ਰਿਹਾ ਜੀ ਹਾਂ ਤੇ ਕਿਤਨੇ ਦੀਆਂ ਦਿੱਤੀਆਂ ਜੇ ਫਰਮਾਇਆ ਕਿਤਨੇ ਦੀ ਤੇ ਕੋਈ ਨਹੀਂ ਅੱਲਾ ਦੇ ਨਾਂ ਤੇ ਸੌਦਾ ਕਰ ਗਿਆ ਬਿਸਮਿਲਾ ਅੱਲਾ ਦੇ ਨਾਂ ਤੇ ਲੈ ਗਿਆ ਮੀਸ਼ਮ ਤਮਾਰ ਪਾਕ ਦੀਆਂ ਅੱਖਾਂ ਚੱਥਰੂ ਆ ਗਏ ਇਹ ਨਹੀਂ ਕਿ ਪੈਸੇ ਨਹੀਂ ਵੱਟੇ ਇਹ ਨਹੀਂ ਕਿ ਮੈਨੂੰ ਪ੍ਰਾਫਿਟ ਨਹੀਂ ਹੋਈ ਇਹ ਨਹੀਂ ਕਿ ਮੇਰੀ ਦੁਕਾਨ ਖਾਲੀ ਹੋ ਗਈ ਹੱਥ ਜੋੜ ਕੇ ਕਹਿੰਦਾ ਹੈ ਅੱਛਾ ਕਿਹੜਾ ਕੋ ਬੰਦਾ ਅੱਲਾ ਦੇ ਨਾਂ ਤੇ ਜੋ ਮੰਗੇ ਦਿੰਦੇ ਹੋ ਫਰਮਾਇਆ ਹਾਂ ਦੇਣਾ ਪਰ ਅਰਜ਼ ਕੀਤੀ ਜਨਾਬ ਹੱਥ ਜੋੜ ਕੇ ਜਿਵੇਂ ਇੱਥੇ ਗੁਲਾਮੀ ਦਿੱਤੀ ਜੇ ਜੰਨਤ ਮੇ ਵੀ ਗੁਲਾਮੀ ਦੋਗੇ ਹਜ਼ਰਤ ਮੌਲਾ ਕੈਨਾਤ ਨੇ ਸੀਨੇ ਨਾਲ ਆਇਆ ਕਦਮ ਚੁੱਕ ਕੇ ਕਦਮ ਚੁੱਕ ਕੇ ਕੂਫੇ ਦੇ ਬਾਜ਼ਾਰ ਚ ਮਿਸ਼ਨ ਤਮਾਰ ਦਾ ਅਕੀਦਾ ਕੀਏ ਲੋਕੋ ਜੰਨਤ ਅਲੀ ਦੀ ਤੇ ਮੈਂ ਵੀ ਅਲੀ ਦਾ ਜੰਨਤ ਅਲੀ ਦੀ ਹਾਜ਼ਰੀ ਚ ਨਹੀਂ ਹਾਜ਼ਰੀ ਚ ਨਹੀਂ ਹਾਜ਼ਰੀ ਚ ਨਹੀਂ ਜੋ ਅਲੀ ਵਾਲਾ ਹੈ ਜੋ ਅਲੀ ਵਾਲਾ ਬਾਬਾ ਜੀ ਆਹ ਕੀ ਬਾਤ ਆਹ ਬਾਬਾ ਜੀ ਦੇ ਉੱਤੇ ਇੱਕ ਸ਼ੇਰ ਯਾਦ ਆ ਗਿਆ ਪਰ ਮੈਂ ਕੀ ਕਰਾਂ ਮੈਨੂੰ ਤੁਹਾਨੂੰ ਵੇਖ ਕੇ ਇੱਕ ਸ਼ੇਰ ਯਾਦ ਆ ਗਿਆ ਅੱਲਾ ਦੀ ਕਸਮ ਸ਼ੇਰ ਯਾਦ ਆ ਗਿਆ ਆਜ ਕੀ ਮਹਿਫਿਲ ਮੇਂ ਸਲਮਾਨ ਨੇ ਮੁਹੰਮਦੀ ਕੀ ਨਿਸ਼ਾਨੀ ਦੇਖੀ ਜਬ ਲਿਆ ਨਾਮ ਨਬੀ ਤੜਪ ਕਰ ਮੈਨੇ ਸੁਨੀਓ ਕੇ ਜ਼ਾਇਫੋਂ ਮੇਂ ਜਵਾਨੀ ਦੇਖੀ
जो जवान बन के बैठा है दाया हाथ बुलंद करके बोलेगा, क्योंकि मैं उस जनाबे अली का जिक्र कर रहा हूँ जिसके शहजादे जन्नत के सरदार हैं, और जो जन्नत में जाएगा कुछ 6 साल का बच्चा बन के नहीं जाएगा, 100 साल का बूढ़ा बन के नहीं जाएगा, जो जन्नत में जाएगा 36 साल का जवान बन के जाएगा। हाथ नीचे नहीं, हाथ बुलंद करके बोलोगे जन्नत अली जी, जन्नत 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 जन्नत, दिल लगा के जन्नत। कई बंदे ते मुंह चुगलियां पाके बैठे गल सुनने वाली जन्नत जन्नत, मैं भी मैं भी जन्नत अली दी, मैं भी अली दा, मैं जे ना जासा ए बिया कौन जासी, जन्नत अली दी मैं भी अली दा, जन्नत अली दी मैं भी अली दा, मैं जे ना जासा बिया कौन जासी, कौसर दा साकी मेरा नबी है, कौसर दा साकी मेरा नबी है। कैमरामैन भाई उस बंदे का हाथ कैप्चर कर जिसका अकीदा है कौसर दा साकी सैयदा जहरा दा बाबा है, हाथ नीचे नहीं, कौसर दा साकी मेरा नबी है, मेरा नबी है, मेरा नबी है, मैं जे नबी सा बिया कौन पीसी, मैं जे नबी सा बिया कौन पीसी, अकीदा अकीदा दे रहा हूं, अकीदा रोटी बाद च अकीदा पहले। राजा साहब ने बाबर में इशारा किया कि रोटी खा ले, इंजी लेकिन जेड़ा अकीदा मैं देना रोटी तो भारी है, जेदे मेदे तक चला गया ना अल्लाह दी कसम चस बड़ा लेगा। इथों मिलने त्रै बंदे उमरे दे पैकेज कितने तीन ना, हुण इन्होंने पता नहीं लाहौर भेजना है या इस्लामाबाद तो भेजना, इन्हों पता है ठीक है लाहौर से या इस्लामाबाद तो, जो तुम जिद्दे एयरपोर्ट से उतरना है ना उत्थे खड़ा होना 5-5.5 फुट का शुरता, उन्हें लाउनी एमीग्रेट करके स्टैंप तेरे पासपोर्ट से, लाएगा तो ठीक नहीं लाएगा तो वापस जी जी, और वो तेरे पासपोर्ट से ठप्पा लाए तो तू मक्के जाएगा या मदीने जाएगा, अगर नहीं लाएगा तो वापस, तो जो रखना लगती है हरियाणा, लेकिन उसे स्टैंप लगवाना जरूरी है। 5.5 फुट का शुरता सऊदी अरब का, अगर तेरे पासपोर्ट पे ठप्पा ना लगाए तू मक्के नहीं जा सकता, खुदा की इज्जत की कसम मेरा अबू बकर मुहर ना लगाए तू जन्नत में नहीं जाता। मौला अली ते मैं अपने अकीदे की बात कर गया, मैं किसी और को राजी करने के लिए नहीं आया, अपने अकीदे की बात कर रहा हूँ। हाथ नीचे नहीं, जन्नत अली दी मैं भी अली दा, मैं जे ना जासा पिया कौन जासी, अरे मौला अली ते टिकटा वंडे दिन सिद्दीक अकबर गोरा पे ले दे, मौला अली ते टिकटा वंडे दिन, मौला अली ते टिकटा वंडे दिन सिद्दीक अकबर मोरा पे ले दे, मोरा लवावन सिद्दीक कोलों, मैं जे ना जासा बिया कौन जासी, मैं जे ना जासा बिया कौन जासी। आखिर में मैंने वादा किया है आखिरी नाथ खान से कबल दो अशार होंगे, लेकिन अब जो मौला का नौकर है वो शेर सुनेगा और झूठ जाएगा, क्योंकि बड़ी मोहब्बत के साथ शायर कहता है अर्जो समा के अंदर हर जा अली अली है, अर्जो समा के अंदर हर जा अली अली है, तनवीर लंग जजल है हक की रजा अली है, बुनियाद आशिकी है शाहे नजफ की उल्फत, ईमान की जो पूछो मुश्किल कुशा अली है, पूछेंगे जब फरिश्ते लाया है किसकी निस्बत, कह दूंगा साफ उनसे मेरा पेशवा जो अली वाला है, जिसका अली पेशवा है, आज हाजी राजा जमरोज अली की बरसी है, सालाना खत्म है, राजा जमील अख्तर साहब परवेज अख्तर साहब इनके साले सवाब के लिए ये महफल सज गई, अब जिसका जी चाहेगा हाथ उठा के बोलेगा ताकि बख्शिश हो जाए, क्योंकि अली नाल बुक्स रखे एवी तू नकमे आ ओथे तेरा हज होवे जिथे अली जमया, हाथ नीचे नहीं, जो अली वाला है हाथ उठा के बोलेगा मन कुंतो मौला अली अली, दोनों हाथ बुलंद करके, दोनों हाथ बुलंद करके, मुझे हुक्म है मैं तमीन कर रहा हूँ, 2 मिनट मुझे आपके चाहिए, मन कुंतो मौला अली अली, मन कुंतो मौला अली अली, मन कुंतो मौला अली अली, मन कुंतो मौला अली अली। अच्छा बंदे बड़े समझदार हो, तुम कहते मैं क्यों नहीं बोलते, यही कह रहे ना तुसी सोची पे यही क्यों नहीं बोलते, असि पिछे मुड़ के वेख लेने क्यों नहीं बोलते, नहीं बाबा बोलते हैं लेकिन दिल विच बोलते हैं, उत्ते बंदा बैठा हुआ ना तो नजर बंदे दी ज्यादा पैंदी है, शर्माना नहीं अली के नाम पे, अली वाला कभी शर्माता नहीं, अली वाला कभी डरता नहीं, झिझकता नहीं,
फतवों की मशीन अपनी अपनी जेब में रखो, लेकिन अली वाला जो होगा हाथ बुलंद करके बोलेगा मन कुन तो मौला। ये बात है ना, मन कुन तो मौला, मन कुन तो मौला, मन कुन तो मौला, मन कुन तो मौला, मन कुन तो मौला। मेरे नबी ने बोला मैं जिसका मौला, मैं जिसका मौला है उसका मौला, चारा दे अंदर पंचा दे अंदर दसा दे अंदर सब लख दे अंदर तम मस्त कलंदर, तम मस्त कलंदर, तम मस्त कलंदर। मेरे दिल के अंदर, मेरे दिल के अंदर हर दर्द का चारा है विरद हमारा, मैं नौकर तेरा तेरा, तू मुर्शिद मेरा, मैं मक्ता तेरा, तू आका मेरा, तू आका मेरा, तू आका मेरा, एक मक्ता आया, मेरा मौला बोला, इन्हें कब्र दे दे, अरे कब्र बोला, है मेरे मौला, जो कुछ भी पड़ा है, वो ऊंट पे रखा, अरे कब्र बोला है मेरे मौला, वो ऊंट खड़ा है कतार के अंदर, मेरा मौला बोला कतार ही दे दे, कतार ही दे दे। फैसला तो सांग करना है। मैं आखिरी जुमला पढ़ने लगा, अब आपका हुक्म न होता तो बिला तखीर का भी बड़ा आदी हूँ तुम्हारे दरवाजे पर, राजा साहब की बला के दरवाजे पर, सुबह मेरे जाने के बाद, आपके जाने के बाद कोई मांगता आ जाए, वो 10 रुपए मांगे, ये उनको 1000 दे दे, वो दुआ देगा या बददुआ? किया क्या जी? पाजी उच्ची सुनना, मैं रात दा जागना, मैंने उच्चा पे सुनदा है। किया क्या जी? चलो ताड़े कार विच कोई माई साहबा रोटियां भी पकावे ते कोई आके रोटी मंग लवे, एक रोटी तो बदले कोई पूरी चंगेर दे देवे, वो दुआ दे के जाएगा ना, ते जिस मौला अली को एक रोटी मंगी होवे तो 70 ऊंट मिले हो, उस दुआ दी होगी। बस वो दुआ किवें दी? बड़ी अलामा साहब किबला अलामा मोहम्मद रियाजुद्दीन सिद्दीकी साहब, आप तशरीफ ले आए, मैं खुश आमदेद कहना। लो हजरात, मेरा वक्त जेड़ा है इंशाल्लाह नकाबत का पूरा हो गया। मैं अलामा साहब के फिलहाल खुश आमदेद, साथ बिस्मिल्लाह, जी आयन जनाब, यहीं पर मौजूद छोड़ रहा हूँ। अलामा रियाजुद्दीन सिद्दीकी साहब को एक बार फिर खुश आमदेद कहते हुए आपकी खूबसूरत समातों के हवाले कर रहा हूँ मेरे ऐवान का इंतहाई खूबसूरत सना खान जनाब मोहम्मद नोमान अनवर साहब, तशरीफ लाते हैं और अपनी हाजिरी पेश करते हैं।